ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਵੱਖ ਵੱਖ ਥਾਵਾਂ 'ਤੇ ਕੀਰਤਨ ਦਰਬਾਰ, ਨਗਰ ਕੀਰਤਨ ਸਿੱਖ ਸੰਗਤਾਂ ਵੱਲੋਂ ਭਾਰੀ ਗਿਣਤੀ ਵਿੱਚ ਕੱਢੇ ਜਾ ਰਹੇ ਹਨ। ਕੌਣ ਬਣੇਗਾ ਪਿਆਰੇ ਦਾ ਪਿਆਰਾ, ਇਹ ਪ੍ਰੋਗਰਾਮ ਇੱਕ ਨਵੇਕਲੇ ਢੰਗ ਨਾਲ 550 ਸਾਲਾ ਮਨਾ ਰਿਹਾ ਹੈ। ਭਗਵਾਨ ਸਿੰਘ ਖੋਜੀ ਵੱਲੋਂ ਵੱਖ ਵੱਖ ਥਾਵਾਂ 'ਤੇ ਜਾ ਕੇ ਇਹ ਪ੍ਰੋਗਰਾਮ ਲਗਭਗ ਪੂਰੇ ਭਾਰਤ ਵਿੱਚ ਕੀਤਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ, ਵੱਡੇ, ਬਜ਼ੁਰਗ, ਨੌਜਵਾਨ ਇਸ ਪ੍ਰੋਗਰਾਮ ਨਾਲ ਜੁੜ ਰਹੇ ਹਨ। ਜਿਨ੍ਹਾਂ ਦੇ ਸਿਰ 'ਤੇ ਕੇਸ ਨਹੀਂ ਹਨ, ਉਹ ਇਸ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਕੇਸ ਰੱਖ ਰਹੇ ਹਨ, ਸਿੱਖ ਬਣ ਰਹੇ ਹਨ। ਕੌਣ ਬਣੇਗਾ ਪਿਆਰੇ ਦਾ ਪਿਆਰਾ, ਇਹ ਪ੍ਰੋਗਰਾਮ ਦੀਪਨਗਰ ਪਟਿਆਲਾ ਵਿਖੇ ਕਰਵਾਇਆ ਗਿਆ। ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਅਤੇ ਗੁਰਪ੍ਰੀਤ ਸਿੰਘ ਗਿੱਲ, ਸਰਦਾਰ ਤਰਨਜੀਤ ਸਿੰਘ ਧੱਪੂ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਜੱਜ ਵੱਲੋਂ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਭਰੀ। ਪੁੱਛੇ ਗਏ ਬੱਚਿਆਂ ਕੋਲੋਂ 13 ਸਵਾਲ ਪੁੱਛੇ ਗਏ ਅਤੇ ਉਹਨਾਂ ਦੇ ਸਹੀ ਜਵਾਬ ਦੇਣ 'ਤੇ ਉਹਨਾਂ ਨੂੰ ਭਾਰੀ ਇਨਾਮ ਵੰਡੇ ਗਏ। ਸਭ ਤੋਂ ਮੈਂ ਧੰਨਵਾਦ ਕਰਦੀ ਹਾਂ ਸਾਡੀਆਂ ਸਾਰੀ ਜਿਹੜੀ ਟੀਮ ਹੈ, ਕੌਣ ਬਣੇਗਾ ਪਿਆਰੇ ਦਾ ਪਿਆਰਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇੰਨਾ ਉਦਮ ਉਪਰਾਲਾ ਕਰ ਰਹੇ ਹੈ। ਸੋ ਸਾਡੀਆਂ ਸੰਗਤਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਉਤਸ਼ਾਹ ਦੇ ਨਾਲ ਬੱਚਿਆਂ ਨੇ ਪੇਪਰ ਦਿੱਤੇ। ਇੱਥੇ ਹੀ ਨਹੀਂ ਹੈਗਾ ਵੀ ਆਪਾਂ ਅੱਗੇ ਜਾਣਾ, ਬੱਚਿਆਂ ਨੂੰ ਸਮਝਾਇਆ ਵੀ ਗਿਆ ਵੀ ਇਹ ਨਹੀਂ ਹੈਗਾ ਵੀ ਅਸੀਂ ਅੱਗੇ ਜਿੱਤਣਾ, ਸਾਨੂੰ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ, ਇਹ ਜ਼ਰੂਰੀ ਹੈ ਸਾਨੂੰ। ਮੈਂ ਸਭ ਤੋਂ ਵੱਧ ਧੰਨਵਾਦ ਸਾਡੇ ਵੀਰ ਜੀ ਭਲਵਾਨ ਸਿੰਘ ਜੀ ਖੋਜੀ, ਇਹਨਾਂ ਦਾ ਧੰਨਵਾਦ ਕਰਾਂਗੀ ਜੋ ਇੰਨਾ ਉਪਰਾਲਾ ਕਰ। ਇਹੋ ਜਿਹੇ ਪ੍ਰੋਗਰਾਮ, ਕਿਉਂਕਿ ਸਾਡਾ ਜਿਹੜਾ ਸਿੱਖੀ ਵਿਰਸਾ ਉਹ ਬਹੁਤ ਪਿੱਛੇ ਹੁੰਦਾ ਜਾ ਰਿਹਾ, ਸਾਨੂੰ ਇਹੋ ਜਿਹੇ ਪ੍ਰੋਗਰਾਮਾਂ ਦੀ ਬਹੁਤ ਸਖਤ ਲੋੜ ਹੈ ਜਿਹੜੇ ਕਿ ਸੰਗਤ ਨੂੰ ਸਿੱਖੀ ਦੇ ਨਾਲ ਜੋੜਨ, ਕਿਉਂਕਿ ਸਿੱਖੀ ਜਦੋਂ ਪਿੱਛੇ ਹੁੰਦੀ ਹੈ ਤਾਂ ਸਾਡਾ ਵਿਰਸਾ ਪਿੱਛੇ ਹੁੰਦਾ ਹੈ। ਇਸ ਕਰਕੇ ਸਾਨੂੰ ਇਹ ਪ੍ਰੋਗਰਾਮ ਅਖੀਰਕਾਰ ਕਰਨੇ ਹੀ ਚਾਹੀਦੇ ਹਨ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਭਗਵਾਨ ਸਿੰਘ ਜੀ ਖੋਜੀ, ਜਿਨ੍ਹਾਂ ਨੇ ਅੱਜ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਮੁੱਖ ਸੇਵਾਦਾਰ ਹੋਣ ਦੇ ਨਾਤੇ ਜੋ ਇਹਨਾਂ ਦੇ ਬੁਲਾਵੇ ਦੇ ਉੱਤੇ ਅੱਜ ਹਾਜ਼ਰੀ ਭਰੀ, ਬਹੁਤ ਹੀ ਮਨ ਖੁਸ਼ ਹੋਇਆ। ਛੋਟੇ ਛੋਟੇ ਬੱਚੇ ਜੋ ਕਿ ਗੁਰ ਇਤਿਹਾਸ ਦੇ ਨਾਲ ਜੋੜਨ ਦਾ ਇੱਕ ਉਪਰਾਲਾ ਉਹਨਾਂ ਵੱਲੋਂ ਨਿਰੰਤਰ ਜਾਰੀ ਹੈ। ਸੋ ਮੈਂ ਸੰਗਤ ਨੂੰ ਵੀ ਬੇਨਤੀ ਕਰਾਂਗਾ ਕਿ ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰਾਉਣੇ ਚਾਹੀਦੇ ਨੇ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਤਾਕਤ ਦਿੱਤੀ, ਜੋ ਲੋਕ ਇਹ ਚੀਜ਼ਾਂ ਨੂੰ ਉੱਪਰ ਲਿਜਾ ਸਕਦੇ ਸੀ ਪਰ ਉਹ ਕਿਤੇ ਨਾ ਕਿਤੇ ਅੱਜ ਫੇਲ ਹੁੰਦੇ ਨਜ਼ਰ ਆ ਰਹੇ ਨੇ। ਸਾਡੇ ਬੱਚੇ ਜਿਹੜੇ ਨੇ ਕੁਛ ਵਿਦੇਸ਼ਾਂ 'ਚ ਜਾ ਰਹੇ ਨੇ, ਕੁਛ ਆਪਣੀ ਸਿੱਖੀ ਤੋਂ ਦੂਰ ਜਾ ਰਹੇ ਨੇ, ਵੈਸਟਰਨ ਕਲਚਰ ਨੂੰ ਅਡੋਪਟ ਕਰਦੇ ਜਾ ਰਹੇ ਨੇ। ਪਰ ਉੱਥੇ ਮੈਂ ਇੱਕ ਬੇਨਤੀ ਸਾਰੀ ਆਈ ਹੋਈ ਸੰਗਤ ਦੇ ਚਰਨਾਂ 'ਚ ਵੀ ਕਰੂੰਗਾ ਕਿ ਜਿਹੜੀਆਂ ਮਾਤਾਵਾਂ ਹੁੰਦੀਆਂ ਨੇ ਉਹ ਬੱਚੇ ਦਾ ਪਹਿਲਾ ਗੁਰੂ ਨੇ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਪ੍ਰੇਰਿਤ ਕਰਕੇ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਲੈ ਕੇ ਆਇਆ ਕਰਨ, ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਪਾਰਟੀਸਪੇਟ ਕਰਾਓ। ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇੱਕ ਇੱਕ ਚੱਲਿਆ ਕਦਮ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸਿਰ ਮੱਥੇ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਬਹੁਤ ਤਾਤ ਵਿੱਚ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੀ ਇੱਕੋ ਰੁਝਾਨ ਹੈ, ਗੁਰਦੁਆਰਾ ਸਾਹਿਬ ਵੱਡੇ ਤੋਂ ਵੱਡਾ ਬਣਾਇਆ ਜਾਵੇ, ਲੰਗਰ ਵੱਡੇ ਤੋਂ ਵੱਡਾ ਚਲਾਇਆ ਜਾਵੇ। ਅਤੇ ਪਰ ਬਹੁਤ ਘੱਟ ਕਮੇਟੀ ਵਾਲੇ ਸਾਨੂੰ ਮਿਲਦੇ ਨੇ ਜਿਨ੍ਹਾਂ ਦੀ ਸੋਚ ਇਹ ਹੈ ਕਿ ਆਓ ਆਪਾਂ ਆਪਣੇ ਬੱਚਿਆਂ ਨੂੰ ਜੋੜੀਏ, ਸਿੱਖੀ ਵਿੱਚ ਜੋੜੀਏ। ਅਤੇ ਇਹ ਸਾਡਾ ਪ੍ਰੋਗਰਾਮ ਜੋ ਚੱਲ ਰਿਹਾ, ਤਕਰੀਬਨ ਹੁਣ ਅਸੀਂ ਕਿਸੇ ਕਮੇਟੀ ਕੋਲ ਨਹੀਂ ਜਾਂਦੇ ਕਿਉਂਕਿ ਬੜੀਆਂ ਮਿੰਨਤਾਂ ਕਰ ਕਰਕੇ ਥੱਕ ਗਏ, ਪਿੱਛੇ ਗੇੜੇ ਕੱਢ ਕੱਢ ਕੇ ਥੱਕ ਗਏ। ਜਿਵੇਂ ਸਾਡਾ ਅੱਜ ਪ੍ਰੋਗਰਾਮ ਹੋਇਆ, ਅਸੀਂ ਪੁੱਛਿਆ ਵੀ ਕਿਹੜਾ ਵੀਰ ਜਿਹੜਾ ਪ੍ਰੋਗਰਾਮ ਆਪਣੇ ਪਿੰਡਾਂ 'ਚ ਲਿਜਾ ਸਕਦਾ, ਕਿਹੜਾ ਭੈਣ ਜਾਂ ਕੋਈ ਵੀਰ ਇਹਨੂੰ ਸਪੌਂਸਰ ਕਰ ਸਕਦਾ। ਅਤੇ ਸਾਡੇ ਕੋਲ ਅੱਜ 5-7 ਪ੍ਰੋਗਰਾਮ ਜਿਹੜੇ ਨੇ ਉਹ ਨਾਲ ਦੀ ਨਾਲ ਵੀਰ ਉੱਠ ਕੇ ਖੜ੍ਹੇ ਹੋ ਗਏ, ਅਸੀਂ ਉਹਨਾਂ ਨੂੰ ਕਿਤਾਬਾਂ ਦੇ ਦੇਣੀਆਂ ਨੇ। ਜਿੱਥੇ ਪੂਰੇ ਇੰਡੀਆ ਦੇ ਵਿੱਚ ਸਾਡੀ ਸੇਵਾ ਲਾਉਣਗੇ, ਸਾਡੀ ਟੀਮ ਉੱਥੇ ਪਹੁੰਚ ਕੇ ਪ੍ਰੋਗਰਾਮ ਕਰਕੇ 200-300 ਬੱਚੇ ਜੋੜੇਗੀ। ਇਸ ਤਰੀਕੇ ਨਾਲ ਅਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ ਜੀ। ਤਕਰੀਬਨ ਅਸੀਂ ਇਹ ਕਹਿ ਲਈਏ ਕਿ ਜੰਮੂ ਕਸ਼ਮੀਰ ਤੋਂ ਲੈ ਕੇ, ਕੋਸ਼ਿਸ਼ ਹੈ ਸਾਡੀ ਕਿ ਅਸੀਂ ਜੰਮੂ ਕਸ਼ਮੀਰ ਕਰ ਚੁੱਕੇ ਹਾਂ ਪ੍ਰੋਗਰਾਮ, ਹਰਿਆਣੇ 'ਚ ਕਰ ਚੁੱਕੇ ਹਾਂ, ਰਾਜਸਥਾਨ ਦੇ ਵਿੱਚ ਕਰ ਚੁੱਕੇ ਹਾਂ, MP 'ਚ ਕਰ ਚੁੱਕੇ ਹਾਂ, ਮਹਾਰਾਸ਼ਟਰ 'ਚ ਕਰ ਚੁੱਕੇ ਹਾਂ, ਛੱਤੀਸਗੜ੍ਹ ਦੇ ਵਿੱਚ ਕਰ ਚੁੱਕੇ ਹਾਂ। ਅਤੇ ਤਕਰੀਬਨ ਸਾਡੀ ਅੱਧੀ ਇੰਡੀਆ ਤੱਕ ਇਹ ਕਹਿ ਲਈਏ ਅਸੀਂ ਕਵਰ ਕਰ ਲਈ ਹੈ। ਅਤੇ ਇਸ ਸਾਲ, ਅਗਲੇ ਸਾਲ 2020 ਦੇ ਵਿੱਚ ਅਸੀਂ ਪੂਰੀ ਇੰਡੀਆ ਕਵਰ ਕਰ ਲੈਣੀ ਹੈ। ਅਤੇ ਬਾਹਰਲੇ 5 ਦੇਸ਼ਾਂ ਦੇ ਵਿੱਚ ਸਾਡੇ ਕੋਲ ਨਾਮ ਆ ਚੁੱਕੇ ਨੇ, ਉਹਨਾਂ ਦੇਸ਼ਾਂ ਵਿੱਚ ਜਾ ਕੇ ਵੀ ਅਸੀਂ ਬੱਚਿਆਂ ਨੂੰ, ਜਿਹੜੇ ਬਾਹਰਲੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਸਾਡੇ ਇੰਡੀਆ ਦੇ ਬੱਚਿਆਂ ਦੇ ਨਾਲ, ਪੰਜਾਬ ਦੇ ਬੱਚਿਆਂ ਦੇ ਨਾਲ ਖੜ੍ਹਾ ਕਰਨਾ ਚਾਹੁੰਦੇ ਹਾਂ। ਜਦੋਂ ਇਹ ਬੱਚੇ, ਕਿਉਂਕਿ ਬਾਣੀ ਦੇ ਅਨੁਸਾਰ ਕਿ ਬਹੀਏ ਪੜ੍ਹਿਆ ਪਾਸ ਸ਼ਬਦ ਆਉਂਦਾ,
ਅਤੇ ਉਹਨਾਂ ਬੱਚਿਆਂ ਦੇ ਨਾਲ ਬੈਠਣਗੇ ਤਾਂ ਇਹਨਾਂ ਨੂੰ ਹੋਰ ਸੋਝੀ ਆਏਗੀ। ਅਸੀਂ ਪੂਰੇ ਵਰਲਡ ਦੇ ਬੱਚਿਆਂ ਦਾ ਫਾਈਨਲ ਮੁਕਾਬਲਾ 1000 ਬੱਚਿਆਂ ਦਾ ਕਰਨ ਜਾ ਰਹੇ ਹਾਂ ਅਤੇ ਬੜੀ ਜਲਦੀ ਅੱਧੀ ਇੰਡੀਆ ਅਸੀਂ ਪਾਰ ਕਰ ਚੁੱਕੇ ਹਾਂ ਅਤੇ ਅਗਲੇ ਸਾਲ ਤੱਕ ਅਸੀਂ ਵਰਲਡ ਦੇ ਕੁਝ ਦੇਸ਼ ਵੀ ਕਵਰ ਕਰ ਲੈਣੇ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਇਸ ਤਰ੍ਹਾਂ ਦੇ ਪ੍ਰੋਗਰਾਮ ਸਾਡੇ ਦੇਸ਼ ਵਿੱਚ ਹੋਣੇ ਚਾਹੀਦੇ ਹਨ ਤਾਂ ਕਿ ਜਿਹੜੇ ਨਾਗਰਿਕ ਨਸ਼ੇ ਪਿੱਛੇ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਸੁਰਤੀ ਆ ਉਹ ਗੁਰਬਾਣੀ ਵੱਲ ਜੁੜੇ। ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੋ ਕਿ ਲੋਕਾਂ ਨੂੰ ਜਾਂ ਫਿਰ ਛੋਟੇ ਬੱਚਿਆਂ ਨੂੰ ਗੁਰਬਾਣੀ ਵੱਲ ਜੁੜਨ ਦੀ ਸਿੱਖਿਆ ਦੇ ਰਿਹਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਇਸ ਪ੍ਰੋਗਰਾਮ 'ਚ ਭਾਗ ਲਈਏ ਅਤੇ ਅੱਗੇ ਵਧੀਏ ਅਤੇ ਨਾਲੇ ਅਸੀਂ ਜਿਹੜਾ ਵੀ ਗੁਰਬਾਣੀ ਦਾ ਇਤਿਹਾਸ ਆ ਉਹ ਆਪ ਵੀ ਸਿੱਖੀਏ ਅਤੇ ਹੋਰਨਾਂ ਨੂੰ ਵੀ ਸਿਖਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਦੇ ਵਿੱਚ ਜਿੱਥੇ ਬੱਚੇ ਪਿਆਰੇ ਦਾ ਪਿਆਰਾ ਬਣ ਰਹੇ ਨੇ ਉਹ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਲੇਕਿਨ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਸੇਵਾਦਾਰ ਨੌਜਵਾਨ ਵੀਰ ਜਿਹੜੇ ਸੇਵਾ ਕਰਦੇ ਨੇ ਉਹ ਪ੍ਰੋਗਰਾਮ ਵੇਖਦੇ ਨੇ, ਸਾਡੇ ਨਾਲ ਖੜ੍ਹਦੇ ਨੇ, ਪ੍ਰੋਗਰਾਮ ਦਾ ਹਿੱਸਾ ਬਣਦੇ ਨੇ, ਉਹਨਾਂ ਦੇ ਮਨ 'ਤੇ ਵੀ ਸੱਟ ਬਣ ਵੱਜਦੀ ਹੈ ਵੀ ਪਿੱਛੇ ਕਿਉਂ ਰਹੀਏ। ਸੋ ਇਹਨਾਂ ਦਾ ਮਨ ਬਦਲਿਆ ਕਿ ਅੱਜ ਤੋਂ ਬਾਅਦ ਇਹ ਪ੍ਰੋਗਰਾਮ ਤੋਂ ਬਾਅਦ ਮੈਂ ਦਾੜ੍ਹੀ ਪਹਿਲਾਂ ਕੱਟਦੇ ਸੀਗੇ, ਹਾਂਜੀ, ਵੀ ਹੁਣ ਮੈਂ ਦਾੜ੍ਹੀ ਕਦੇ ਨਹੀਂ ਕੱਟਾਂਗਾ, ਮੈਂ ਪਿਆਰੇ ਦਾ ਪਿਆਰਾ ਬਣਾਂਗਾ। ਅਤੇ ਕੀ ਕਹਿਣਾ ਚਾਹੋਗੇ ਜੀ? ਮੈਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਅੱਗੇ ਤੋਂ ਦਾੜ੍ਹੀ ਨਹੀਂ ਕਟਾਵਾਂਗਾ ਅਤੇ ਗੁਰੂ ਦਾ ਸਿੱਖ ਬਣਾਂਗਾ। ਤੇ ਜਕਾਰਾ ਲਾ ਦੋ ਫਿਰ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੰਗਤ ਜੀ, ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇਹ ਬੱਚੀ ਆਈ ਸੀ, ਇਸ ਬੱਚੀ ਨੇ ਤੇ ਇਹਨਾਂ ਦਾ ਇੱਕ ਭਰਾ ਆਇਆ ਸੀਗਾ, ਇਹਨਾਂ ਨੇ ਆਪਣੇ ਪਿਤਾ ਜੀ ਨੂੰ ਇੱਕ ਵਾਰ ਪੁੱਛਿਆ ਕਿ ਪਿਤਾ ਜੀ ਤੁਸੀਂ ਗੁਰਸਿੱਖੀ ਨਾਲ ਜੁੜਨਾ ਚਾਹੋਗੇ, ਕੇਸ ਰੱਖਣਾ ਚਾਹੋਗੇ, ਅਤੇ ਨਾਲ ਦੀ ਨਾਲ ਜਿਹੜੇ ਵੀਰ ਜੀ ਨੇ ਉਹ ਕੀ ਕਹਿਣਾ ਚਾਹੁੰਦੇ ਨੇ? ਹਾਂਜੀ ਵੀਰ ਜੀ। ਕੌਣ ਬਣੇਗਾ ਪਿਆਰੇ ਦਾ ਪਿਆਰਾ ਟੀਮ ਪੂਰੇ ਵਰਲਡ ਦੇ ਵਿੱਚ ਇਹ ਪ੍ਰੋਗਰਾਮ ਲੈ ਕੇ ਆ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।